ਇਹ ਝੋਟੀ ਦੇ ਨਾਲ ਦੇ ਦਾਂਗੇ ਤੁਹਾਨੂੰ ਜੇ ਕਿਸੇ ਦਾ ਝੋਟੀ ਦਾ ਸੌਦਾ ਹੁੰਦਾ ਕਿਉਂਕਿ। ਸਤਿ ਸ਼੍ਰੀ ਅਕਾਲ ਜੀ, ਸੰਧੂ ਡੇਅਰੀ ਫਾਰਮ ਤੇ ਤੁਹਾਡਾ ਸਵਾਗਤ ਹੈ। ਲੈ ਸੱਜਣੋ, ਜਿਹੜੀ ਅੱਜ ਆਪਾਂ ਵੀਡੀਓ ਕਰਨ ਪਹੁੰਚਿਆ, ਇਹ ਪਿੰਡ ਦਾ ਨਾਂ ਹੈ ਜੀ ਗੁੰਮਟੀ ਜ਼ਿਲ੍ਹਾ, ਇਹਨੂੰ ਬਰਨਾਲਾ ਪੈ ਜਾਂਦਾ ਹੈ ਅਤੇ ਆਪਣਾ ਸ਼ੇਰਪੁਰ ਦੇ ਲਾਗੇ ਰਹਿ ਜਾਂਦਾ ਇਹ ਪਿੰਡ, ਅਤੇ ਮਹਿਲ ਕਲਾਂ ਦੇ ਵੀ ਲਾਗੇ ਇੱਥੇ ਵਿਚਾਲੇ ਜੀ ਆਏ ਨੇ ਸ਼ੇਰਪੁਰ ਮਹਿਲ ਕਲਾਂ ਦੇ। ਦੇਖੋ ਇਸ ਨਗਰ 'ਚੋਂ ਆਪਾਂ ਨਾ ਤੁਹਾਨੂੰ ਇੱਕ ਸੱਜਣੋ ਪਹਿਲਣ ਝੋਟੀ ਦਿਖਾਵਾਂਗੇ। ਮੂੰਹੋਂ ਚਾਰ ਦੰਦ ਹੈ ਅਤੇ ਝੋਟੀ ਦੀ ਆਪਾਂ ਬਾਕੀ ਸਾਰੀ ਜਾਣਕਾਰੀ ਬਾਈ ਤੋਂ ਲੈ ਲਾਂਗੇ ਕੀ ਗੱਲਬਾਤ ਹੈ। ਘਰੇਲੂ ਪਸ਼ੂ ਹੈ ਬਿਲਕੁਲ, ਅਤੇ ਝੋਟੀ ਹਜੇ ਪਰਸੀ ਸੂਈ ਆ ਅਤੇ ਹਲੇ ਥੋੜ੍ਹੇ ਥੋੜ੍ਹੀਆਂ ਭਲਾਂ ਵੀ ਕਰੀ ਖੜੀ ਆ ਉਹ, ਬਾਕੀ ਆਪਾਂ ਤੁਹਾਨੂੰ ਝੋਟੀ ਦਿਖਾ ਦਾਂਗੇ ਇੱਕ ਵਾਰੀ ਨੇੜੇ ਤਿਓਂ ਕੀ ਗੱਲਬਾਤ ਹੈ, ਕੀ ਥਣ ਥਣ ਦੀ ਪੋਜੀਸ਼ਨ ਹੈ। ਲੈ ਇੱਕ ਵਾਰੀ ਇੱਧਰ ਨੂੰ ਨੇੜੇ ਲਾ ਦੇ। ਇਹ ਬਾਈ ਦੰਦਾਂ 'ਚੋਂ ਕਿਵੇਂ ਆਏ ਦਾ? ਚਾਰ ਦੰਦਾਂ 'ਚੋਂ ਚਾਰ ਦੰਦ ਅਤੇ ਇੱਕ ਪਰਸੋਂ ਸੂਈ ਆ, ਹੈ ਨਾ? ਹਾਂ ਪਰਸੋਂ ਸੂਈ ਆ, ਪਿੰਡ ਗੁੰਮਟੀ ਕਲਾਂ ਖੜੇ ਅੱਜ। ਦੇਖੋ ਥੋੜ੍ਹਾ ਜਿਹਾ ਡਰਦੀ ਹੈ ਤਾਂ ਕਰਕੇ ਆਪਾਂ ਥੋੜ੍ਹਾ ਜਿਹਾ ਦਵੇ ਘੱਟ ਲੱਗ ਦਿੱਤੇ ਜੇ। ਉੱਨੀ ਇੱਕੀ ਨਾ ਸੱਜਣਾ, ਉਹਨੂੰ ਦੇਖਣ ਨੂੰ ਜ਼ਰੂਰ ਐਵੇਂ ਲੱਗਦਾ ਵੀ ਉੱਨੀ ਇੱਕੀ ਪਾਸਾ ਹੋਊਗਾ, ਪਰ ਪਾਸਾ ਨਹੀਂ ਕਿਉਂਕਿ ਆ ਪਿਛਲੇ ਦੂਸਰੇ ਸਾਈਡ ਭਲ ਜਿਹੜੀ ਉਹ ਸਾਫ਼ ਦਿਖਾਈ ਦੇ ਰਹੀ ਹੈ ਵੀ ਪਸ਼ੂ ਨੂੰ ਭਲ ਹੈਗੀ ਆ, ਅਤੇ ਦੁੱਧ ਵੀ ਜੇ ਗਾੜੀ ਪਛਾੜੀ ਦੇਖੀ ਆਪਾਂ ਅਤੇ ਥਣ ਥਣਾਉਟ ਚੰਗਾ ਅਤੇ ਬਾਕੀ ਇਹਦੀ ਧਾਰ ਧੂਰ ਚੰਗੀ ਹੋਊਗੀ, ਇਹੋ ਜਿਹੀ ਗੱਲ ਨਹੀਂ। ਬੱਚਾ ਕੀ ਹੈ ਜੀ? ਮੰਗ ਕੱਟਾ ਜੀ, ਪਿੱਛੇ ਕੱਟਾ, ਹੈ ਨਾ? ਪਿੱਛੇ ਕੱਟਾ ਅਤੇ ਪਰਸੋਂ ਸੂ ਅਤੇ ਹਜੇ ਹੁਣ ਦੁੱਧ ਕਿੰਨਾ ਕੁ ਰੇੜੀ ਹੋਊਗਾ? ਚਾਰ ਲੀਟਰ ਵਾਲਾ ਲੱਗਿਆ ਬਸ। ਇੱਕ ਟਾਈਮ ਦਾ ਕਿੰਨਾ ਕੁ ਦੇ ਦਿੰਦੀ ਜੀ ਹੁਣ? ਹੁਣ ਇਹ ਬੱਚੇ ਨੂੰ ਚੰਗਾ ਕਿ 2 ਕਿਲੋ ਕੱਢਦਾ ਹੁੰਦਾ, ਕਿਲੋ 2 ਕਿਲੋ ਬੱਚੇ ਦਾ, 7-8 ਕਿਲੋ ਕਿਲੋ ਵਾਲਾ ਹੋ ਜਾਂਦਾ। ਹਾਂ 7-8 ਕਿਲੋ ਦੁੱਧ ਤਿਆਰ ਹੈ ਸੱਜਣੋ, ਪਰਸੀ ਸੂਈ ਹੈ ਹਜੇ। ਜੇ ਮੈਂ ਕਹਾਂ ਵੀ ਸੂਈ ਨੂੰ ਬਾਹਲੇ ਦਿਨ ਹੋ ਗਿਆ ਅਤੇ ਕੱਲ੍ਹ ਦਾ ਦਿਨ ਹੀ ਟੱਪਿਆ, ਬੱਚਾ ਵੀ ਆਪਾਂ ਦਿਖਾ ਦਾਂਗੇ। ਕਿੰਨੀ ਕੁ ਉਮੀਦ ਹੈ ਵੀ ਕਿੰਨਾ ਕੁ ਦੁੱਧ ਪਾ ਦਿਓ ਜੀ? ਦੁੱਧ ਪਾਉਣਾ ਚਾਹੀਦਾ ਨਹੀਂ 13-14 ਲੀਟਰ ਤਾਂ? 12 ਕਿਲੋ ਦਾ ਹੱਕ ਤਾਂ ਜਮੀ ਬਣਦੀ ਹੈ, ਹੈ ਨਾ? ਕਿਉਂ ਜਿਹੜੇ ਸਿਹਾਬ ਦਾ ਥਣ ਥਣਾਉਟ ਅਤੇ ਕੱਦ ਕਾਠ ਹੈ ਸੱਜਣੋ, ਪਿੱਤੇ ਪਿੱਠ ਪੁੜੇ ਦੀ ਚੜਾਈ ਹੈ ਝੋਟੀ ਦੀ, ਉਹ ਸਿਹਾਬ ਨਾਲ ਅੰਦਾਜ਼ੇ ਲੱਗਦੇ ਨੇ ਵੀ ਇਹਨੂੰ ਝੋਟੀ ਨੂੰ 12-13 ਕਿਲੋ ਦੁੱਧ ਪਾਉਣਾ ਚਾਹੀਦਾ ਹੈ, ਅਤੇ ਸਿੰਗਾਂ ਦੀ ਕੁਆਲਿਟੀ ਚੰਗੀ ਹੈ ਅਤੇ ਮੂੰਹੋਂ ਚਾਰ ਦੰਦ ਹੈ, ਅਤੇ ਰੇਟ ਆਪਾਂ ਬਾਈ ਤੋਂ ਪੁੱਛ ਲਾਂਗੇ, ਬਾਕੀ ਆਪਾਂ ਸਾਰਾ ਐਡਰੈਸ ਆਪਾਂ ਬਾਈ ਨਾਲ ਕਨਫਰਮ ਕਰਵਾ ਦਾਂਗੇ, ਝੋਟੀ ਆਪਾਂ ਇੱਕ ਅੱਧੀ ਬਾਈ ਤੁਹਾਨੂੰ ਤੋਰ ਕੇ ਦੁਬਾਰਾ ਫੇਰ ਦਿਖਾ ਦਾਂਗੇ। ਬਾਈ ਜੀ ਇਹਦਾ ਰੇਟ ਦੱਸ ਦੇ ਵੀ ਕਿੰਨਾ ਰੇਟ ਰਹੂਗਾ, ਕੀ ਗੱਲਬਾਤ? ਜੇ ਵੀ ਦੇਣ ਲੈਣ ਵਾਲਾ ਦੱਸ ਦੀ ਦੇਖਾ, ਕਿਉਂ ਤੇਰਾ ਪਸ਼ੂ ਘਰ ਦਾ ਆਸ ਲਵੇ ਦਾ, ਮੈਂ ਤਾਂ ਤੈਨੂੰ ਇਹੀ ਰਹਿ ਦਿੰਦਾ ਵੀ ਚੱਲ 2-4 ਪਸ਼ੂ ਨੇ ਰੱਖ ਲੈਣਾ ਤਾਂ ਵੀ ਕੋਈ ਬਾਹਲੇ ਨਹੀਂ, ਕਿਉਂਕਿ ਐਡੇ ਵੱਡੇ ਘਰ ਨੂੰ ਬਈ ਜੇ ਆਪਾਂ ਕਹੀਏ ਵੀ 2-4 ਪਸ਼ੂ ਰੱਖੇ ਯਾਰ ਤਾਂ ਕੋਈ ਬਾਹਲੇ ਵੀ ਨਹੀਂ, ਕਿਉਂਕਿ 1-2 ਪਸ਼ੂ ਹੋਰ ਨੇ ਬਾਈ ਲਵੇ, ਪਰ ਬਾਈ ਕਹਿੰਦਾ ਆਪਾਂ ਨੇ ਵੇਚਣਾ ਜ਼ਰੂਰੀ ਹੈ, ਸਾਂਭ ਸੰਭਾਲ ਔਖਾ ਬਾਈ ਕੰਮ, ਖੇਤੀ ਉਹਨਾਂ ਨਾਲ ਕਰਦਿਆਂ ਮਨ ਸਬਜ਼ੀ ਸੁਬਜ਼ੀ ਦਾ ਕੰਮ। ਅੱਛਾ, ਘਰੇ ਘੂਰੇ ਘੱਟ ਹੀ ਖੜਾ ਮਤਲਬ ਇਹਨਾਂ ਦੇ? ਹਾਂ ਖੇਤੀ ਬਾਈ ਕਹਿੰਦਾ 40-45 ਕਿੱਲੇ ਖੇਤੀ ਕਰਦਿਆਂ ਦੇ ਨਾਲ ਸਬਜ਼ੀ ਦਾ ਕੰਮ ਆ, ਅਤੇ ਸਬਜ਼ੀ ਵੀ ਵਿੱਚ ਰਹਿਣ ਵਾਲੀ ਕੰਮ ਹੈ ਬਾਈ, ਉਹ ਤਾਂ ਹਰ ਵਕਤ ਉੱਥੇ ਹੀ ਆ। ਹਾਂ ਸਬਜ਼ੀ ਦਾ ਫਿਰ ਹਰ ਟਾਈਮ ਡਿਊਟੀ ਭਾਲਦੀ ਹੈ ਤਾਂ ਕਰਕੇ ਬਾਈ ਪਸ਼ੂ ਘਟਾ ਰਿਹਾ, ਅਤੇ ਮੈਨੂੰ ਲੱਗਦਾ ਅੱਗੇ ਤੈਨੂੰ ਸਿਆਲ 'ਚ ਫਿਰ ਲੈਣੀ ਨਾ ਪੈ ਜੇ ਮੱਝ ਤੇਰੀ, ਚੁੱਕ ਲਓ ਜੀ ਉਦੋਂ ਰੇਟ ਵਾਹਵਾ ਹੋ ਜਾਣੀ। ਤਾਂ ਦੇਖੀ ਉਹ ਲੈ ਲਾਂਗੇ। ਹਾਂ ਹਾਂ, ਅਤੇ ਇਹਦਾ ਰੇਟ ਦੱਸ ਦੇ ਬਾਈ ਕਿੰਨਾ ਰੇਟ ਰਹੂਗਾ? ਰੇਟ 1-20 ਨਹੀਂ ਦੇਵਾਂਗੇ ਆਪਾਂ, 1-20 ਯਾਰ ਦੇਖ ਕੇ ਜੇ ਕਰ ਲਈ, ਕਿਉਂਕਿ 1-20 ਦੇ ਖੱਤੇ ਜੇ ਸਾਹਮਣੇ ਪਹਿਲਣ ਝੋਟੀ ਦੁੱਧੇ ਨੇ 12-13 ਕਿਲੋ ਦੇਣਾ। ਹਾਂ ਤੋ ਜੋ 15-16 ਕਿਲੋ ਵਾਲੀ ਹੋਵੇ ਉਹ ਲੱਗ ਜੀ, ਅਗਲੇ ਸੂਹੇ ਬਣ ਜੂ, ਅਜੇ ਮੂੰਹੋਂ ਚਾਰ ਦੰਦ ਹੈ, ਅਗਲੇ ਸੂਹੇ 14-15 ਕਿਲੋ ਦੇ ਸਕਦੀ, ਇਸ ਵਾਰ ਤਾਂ ਆਪਾਂ 12-13 ਕਹਾਂਗੇ। ਹਾਂ 12 ਕਿਲੋ ਦਾ ਇਹਦਾ ਹੱਕ ਬਣਦਾ ਵੀ ਇਸ ਵਾਰ, ਪਰ ਮਾਣ ਤਾਣ ਜਿਹਾ ਕਰਦੀ। ਹਾਂ ਨੰਬਰ ਬੋਲਦੇ ਬਾਈ ਤੇਰਾ, 98-157। ਹਾਂਜੀ 53-14। ਦੁਬਾਰਾ ਫਿਰ ਬੋਲਦੇ ਬਾਈ, 98-157 53-14। ਇਹ ਬਾਈ ਦਾ ਨੰਬਰ ਹੈ, ਐਡਰੈਸ ਬੋਲ ਦਿਓ ਜੀ, ਆਪਣਾ ਨਾਮ ਦੱਸ ਦਿਓ। ਨਾਮ ਕੁਲਵਿੰਦਰ ਸਿੰਘ। ਹਾਂਜੀ। ਸੰਤ ਦਲਵਾਰਾ ਸਿੰਘ, ਪਿੰਡ ਗੁੰਮਟੀ। ਹਾਂਜੀ। ਤਹਿਸੀਲ ਤੇ ਜ਼ਿਲ੍ਹਾ ਬਰਨਾਲਾ। ਹਾਂ ਬਸ ਇੱਥੇ ਤੁਹਾਨੂੰ ਦੱਸਿਆ ਵੀ ਸ਼ੇਰਪੁਰ ਦੇ ਲਾਗੇ ਇਹ ਪਿੰਡ ਰਹਿ ਜਾਂਦਾ, ਬਾਕੀ ਨੰਬਰ ਆਪਾਂ ਤੁਹਾਨੂੰ ਲੈ ਕੇ ਦੇਵਾਂਗੇ ਦੁਬਾਰਾ, ਫਿਰ ਬੋਲਦੇ ਜੀ ਨੰਬਰ, 98-157-53-14। ਹਾਂ ਇਹ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਸੱਜਣੋ। ਇੱਕ ਵਾਰੀ ਨਾ ਝੋਟੀ ਤੋਰ ਕੇ ਦਿਖਾ ਦੇ ਬਾਈ ਦੁਬਾਰੇ, ਲੈ ਹੁਣ ਤੁਹਾਨੂੰ ਇੱਕ ਵਾਰੀ ਝੋਟੀ ਦੁਬਾਰਾ ਫੇਰ ਤੋਰ ਕੇ ਦਿਖਾ ਦਿੰਦੇ ਹਾਂ, ਕੀ ਗੱਲਬਾਤ ਹੈ, ਕੀ ਘਰੇਲੂ ਪਸ਼ੂ ਹੈ, ਕੋਈ ਵਪਾਰ ਦਾ ਕੰਮ ਨਹੀਂ, ਰੇਟ ਫੋਨ ਤੇ ਹੋ ਜਾਂਦੇ ਹੁੰਦੇ ਨੇ ਕਿਉਂਕਿ ਮੁੱਲ ਅਲੱਗ ਚੀਜ਼ ਹੋ ਜਾਂਦੀ ਹੈ ਸੱਜਣੋ, ਅਤੇ ਰੇਟ ਅਲੱਗ ਚੀਜ਼, ਜੋ ਸੌਦਾ ਹੋਣ ਲੱਗ ਜਾਂਦਾ ਉਹ ਅਲੱਗ ਹੁੰਦਾ, ਮੁੱਲ ਤਾਂ
ਜਿਹੜਾ ਕਿਸੇ ਨੂੰ ਰਾਇ ਕਰਕੇ ਕਰਨਾ ਹੁੰਦਾ ਮੁੱਲ ਤਾਂ ਅਗਲੇ ਦਾ ਧਨ ਹੈ ਆਪਦੇ ਸਾਰੇ ਹੁੰਦਾ ਉਹਨੂੰ ਜਿੰਨਾ ਕੁ ਉਹਦਾ ਮਨ ਨੂੰ ਲੱਗਦੀ ਹੈ ਉਨਾ ਕੁ ਅਗਲਾ ਮੰਗ ਲੈਂਦਾ ਬਾਕੀ ਜਿੰਨੇ ਕੁ ਨੂੰ ਖਰੀਦਣ ਵਾਲੇ ਨੂੰ ਜਚਦੀ ਹੈ ਉਨਾ ਕੁ ਤੁਸੀਂ ਫੋਨ ਲਾ ਕੇ ਲਾ ਦਿਓ ਮੋੜ ਦਿਓ ਜੀ ਝੋਟੀ ਦਾ ਕੱਦ ਕਾਠ ਬਥੇਰਾ ਖੁੱਲ੍ਹਾ ਜੇ ਮੈਂ ਕਹਾਂ ਸਿੰਘ ਮੂੰਹਦੀ ਚੰਗੀ ਆ ਅਤੇ ਲੇਵੇ ਨੂੰ ਬਾਦੀ ਜੀ ਜ਼ਰੂਰ ਇੱਕ ਪਾਸੇ ਜ਼ਰੂਰ ਉੱਨੀ ਇੱਕੀ ਦਿਖਾਉਂਦੀ ਆ ਵੀ ਜਿਵੇਂ ਪਾਸਾ ਹੋਵੇ ਊਂ ਥਣ ਥਨੌਟ ਚੰਗਾ ਲੈ ਇੱਕ ਵਜੇ ਆਹਾ ਬਾਈ ਲਵੇ ਬੱਚੀ ਇਹ ਬਾਈ ਕਹਿੰਦਾ ਇਹਦਾ ਬਾਈ ਫਰੀ ਦੇ ਦਾਂਗੇ ਆਪਾਂ ਨਾਲ ਝੋਟੀ ਦੇ ਹਾਂ ਇਹ ਝੋਟੀ ਦੇ ਨਾਲ ਦੇ ਦਾਂਗੇ ਤੁਹਾਨੂੰ ਜੇ ਕਿਸੇ ਦਾ ਝੋਟੀ ਦਾ ਸੌਦਾ ਹੁੰਦਾ ਕਿਉਂਕਿ ਇੱਕ ਤੇ ਵੀ ਕਿਰਾਇਆ ਪੈਂਦਾ ਤੇ ਆਹ ਕੱਟੀ ਆਪਾਂ ਆਹ ਬੱਚੀ ਬਾਈ ਕਹਿੰਦਾ ਆਪਾਂ ਫਰੀ ਦੇ ਦਾਂਗੇ ਜੇ ਕੋਈ ਸਾਂਭ ਸਕਦਾ ਕਿੰਨੇ ਚਿਰ ਦੀ ਆ ਬਾਈ ਇਹ ਅੱਛਾ ਅੱਠ ਮਹੀਨਿਆਂ ਦੀ ਬੱਚੀ ਹੈ ਇਹ ਬਸ ਦੋ ਚਾਰ ਮਹੀਨੇ ਸਾਂਭ ਕੇ ਸੀਮਨ ਲਵਾ ਲੂ ਹੈਨਾ ਹਾਂ ਦੋ ਚਾਰ ਕੁ ਮਹੀਨਿਆਂ ਦੀ ਸਾਂਭ ਰਹਿੰਦੀ ਹੈ ਇਹਦੀ ਜੇ ਕੋਈ ਸਾਂਭ ਲੇ ਤਾਂ ਇਹ ਬੱਚੀ ਵੀ ਅੱਗੇ ਚੰਗੀ ਬਣ ਸਕਦੀ ਹੈ ਠੀਕ ਹੈ ਜੀ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ।